ਨਹੀਂ ਮੈਂ ਰਹਿੰਦੀ ਇੱਥੇ ਹਾਂ ਮੇਰਾ ਹੀ ਪਿੰਡ ਆ ਬੁੱਲੇਪੁਰ ਅੱਜ ਇੱਥੇ ਤੀਆਂ ਦਾ ਹੈਗਾ ਹੈ ਪ੍ਰੋਗਰਾਮ ਕਰ ਰਹੀਆਂ ਸਾਰੀਆਂ ਲੇਡੀਜ਼ ਜਿੰਨੀਆਂ ਵੀ ਸਾਡੇ ਪਿੰਡ ਦੀਆਂ ਕੁੜੀਆਂ ਬਹੂਆਂ ਧੀਆਂ ਨੂੰਹਾਂ ਸਾਰੀਆਂ ਜਿੰਨੀਆਂ ਵੀ ਉਹ ਸਾਰੇ ਰਲ ਕੇ ਅੱਜ ਤੀਆਂ ਦਾ ਇੱਥੇ ਫੰਕਸ਼ਨ ਕਰ ਰਹੇ ਨੇ ਔਰ ਇਹ ਹੈ ਕੁੜੀਆਂ ਦੇ ਫੰਕਸ਼ਨ ਆ ਕਿਉਂਕਿ ਸਾਉਣ ਦੇ ਮਹੀਨੇ ਦੇ ਵਿੱਚ ਕੁੜੀਆਂ ਪਿੱਪਲਾਂ ਦੇ ਪਿੰਘਾਂ ਪਾਉਂਦੀਆਂ ਨੇ ਔਰ ਆਪਣੇ ਪੇਕੇ ਘਰ ਆਉਂਦੀਆਂ ਨੇ ਜਿਹੜੀਆਂ ਵਿਆਹੀਆਂ ਹੋਈਆਂ ਕੁੜੀਆਂ ਹੁੰਦੀਆਂ ਨੇ ਉਹ ਪੇਕੇ ਘਰ ਜਾਂਦੀਆਂ ਨੇ ਸਾਉਣ ਦੇ ਮਹੀਨੇ 'ਚ ਅਤੇ ਇਹ ਜਿਹੜਾ ਤਿਉਹਾਰ ਆ ਬਹੁਤ ਹੀ ਪਿਆਰਾ ਜਿਹਾ ਤਿਉਹਾਰ ਆ ਕੁੜੀਆਂ ਦੁਆਵਾਂ ਕਰਦੀਆਂ ਨੇ ਆਪਣੇ ਪੇਰੈਂਟਸ ਦੇ ਵਿਹੜੇ ਦੀਆਂ ਆਪਣੇ ਪਿੰਡ ਦੀਆਂ ਆਪਣੇ ਖੇੜੇ ਦੀਆਂ ਦੁਆਵਾਂ ਮੰਗਦੀਆਂ ਨੇ ਵੀ ਤਾਂ ਕਿ ਸਾਡਾ ਨਗਰ ਖੇੜਾ ਸਾਡਾ ਪਿੰਡ ਸਾਡਾ ਹਮੇਸ਼ਾ ਤੰਦਰੁਸਤ ਅਤੇ ਖਿੜਿਆ ਹੋਇਆ ਰਹੇ ਕੁੜੀਆਂ ਦੀਆਂ ਦੁਆਵਾਂ ਕਬੂਲ ਵੀ ਰੱਬ ਛੇਤੀ ਕਰਦਾ ਹੈ ਜਦੋਂ ਕੁੜੀਆਂ ਪੇਕੇ ਘਰ ਆਉਂਦੀਆਂ ਨੇ ਉੱਥੇ ਫਿਰ ਉਹਨਾਂ ਦਾ ਭਰਾ ਉਹਦੇ ਮਾਂ ਬਾਪ ਉਹਨੂੰ ਸੰਧਾਰਾ ਦਿੰਦੇ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਮੱਠੀਆਂ ਹੁੰਦੀਆਂ ਸੀਗੀਆਂ ਬਿਸਕਿਟ ਹੁੰਦੇ ਸੀਗੇ ਮਠਿਆਈ ਹੁੰਦੀ ਸੀ ਅੱਜ ਕੱਲ੍ਹ ਤਾਂ ਚਲੋ ਆਪਣੇ ਬਜਟ ਦੇ ਹਿਸਾਬ ਨਾਲ ਸਾਰੇ ਜੋ ਜੋ ਮਰਜ਼ੀ ਦੇ ਸਕਦੇ ਨੇ ਇਹ ਬਹੁਤ ਹੀ ਪੁਰਾਣਾ ਤਿਉਹਾਰ ਆ ਤੀਆਂ ਦਾ ਪਿੱਪਲਾਂ ਦੇ ਉੱਤੇ ਬਰੋਟਿਆਂ ਦੇ ਉੱਤੇ ਪਿੰਡ ਤੋਂ ਬਾਹਰ ਜਾ ਕੇ ਪੀਂਘਾਂ ਪਾਈਆਂ ਜਾਂਦੀਆਂ ਸੀਗੀਆਂ ਅਤੇ ਕੁੜੀਆਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਸੀਗੀਆਂ ਅਤੇ ਉਹਨਾਂ ਗਿੱਧਿਆਂ ਦੇ ਵਿੱਚ ਹੀ ਕੋਈ ਸ਼ਿਕਵੇ ਗਿਲੇ ਹੁੰਦੇ ਸੀਗੇ ਜਾਂ ਆਪਣੇ ਦਿਲ ਦੀਆਂ ਗੱਲਾਂ ਸਹੁਰੇ ਘਰ ਗਈਆਂ ਕੁੜੀਆਂ ਦੇ ਮਨ ਦੇ ਵਿੱਚ ਕੋਈ ਰੀਝ ਬਾਕੀ ਰਹਿ ਜਾਂਦੀ ਸੀ ਜਾਂ ਕੁਛ ਵੀ ਇੱਦਾਂ ਦਾ ਅੰਦਰ ਚੱਲਦਾ ਹੁੰਦਾ ਸੀ ਜਿਹੜਾ ਕਿ ਉਹ ਬਿਆਨ ਨਹੀਂ ਸੀ ਕਰ ਪਾਉਂਦੀਆਂ ਹੁੰਦੀਆਂ ਸਹੁਰੇ ਘਰ ਦੀਆਂ ਕਈ ਤਕਲੀਫਾਂ ਹੁੰਦੀਆਂ ਸੀਗੀਆਂ ਉਹ ਫਿਰ ਬੋਲੀਆਂ ਦੇ ਰਾਹੀਂ ਇੱਕ ਦੂਜੇ ਦੇ ਨਾਲ ਗੱਲਾਂ ਕਰਦੀਆਂ ਸੀਗੀਆਂ ਸੋ ਬੜਾ ਮਿੱਠਾ ਤਿਉਹਾਰ ਆ ਕੁੜੀਆਂ ਦੀ ਰੂਹ ਦੀ ਗੱਲ ਹੁੰਦੀ ਆ ਤੀਆਂ ਦੇ ਤਿਉਹਾਰ ਦੇ ਵਿੱਚ ਅਤੇ ਅੰਦਰੋਂ ਵਲਵਲੇ ਜਿਹੜੇ ਹੁੰਦੇ ਨੇ ਉਹ ਨਿਕਲਦੇ ਨੇ ਅੰਦਰੋਂ ਕੋਈ ਕਿਸੇ ਬੱਚੇ ਦੇ ਅੰਦਰ ਕੁੜੀਆਂ ਦੇ ਅੰਦਰ ਕੋਈ ਡਿਪਰੈਸ਼ਨ ਆ ਕੋਈ ਗੱਲ ਆ ਬੋਲੀਆਂ ਦੇ ਰਾਹੀਂ ਬਾਹਰ ਨਿਕਲ ਜਾਂਦੀ ਸੀ ਔਰ ਜਦੋਂ ਗਿੱਧਾ ਪਾਉਂਦੀਆਂ ਸੀਗੀਆਂ ਉਹ ਸਾਰੀ ਜਿਹੜੀ ਅੰਦਰ ਦੀ ਨੈਗੇਟਿਵਿਟੀ ਹੁੰਦੀ ਸੀ ਉਹ ਬਾਹਰ ਨਿਕਲ ਜਾਂਦੀ ਸੀ ਅਤੇ ਆਪਣੇ ਪੇਕਿਆਂ ਦੇ ਘਰਾਂ ਤੋਂ ਫਿਰ ਉਹ ਖੁਸ਼ ਹੋ ਕੇ ਪੂਰੀ ਐਨਰਜੀ ਦੇ ਨਾਲ ਆਪਣੇ ਫਿਰ ਸਹੁਰੇ ਘਰ ਵਾਪਸ ਜਾਂਦੀਆਂ ਇੱਕ ਨਾ ਪਿਛਲੇ ਦਿਨਾਂ 'ਚ ਦੇਖਣ ਨੂੰ ਆਇਆ ਵੀ ਜਿਹੜੀ ਕੁੜੀਆਂ ਦੀ ਜਨਮਦਰ ਉਹ ਥੋੜ੍ਹੀ ਸੁਧਰੀ ਹੈ ਤੁਸੀਂ ਇੱਕ ਮੈਸੇਜ ਕੀ ਦਿਓਗੇ ਜੀ ਪੰਜਾਬ ਨੂੰ ਕਿਵੇਂ ਪਿਛਲੇ ਦਿਨ ਇੱਕ ਅੰਕੜੇ ਆਏ ਆ ਜਿਹ 'ਚ ਜਿਹੜੀ ਕੁੜੀਆਂ ਦੀ ਜਨਮਦਰ ਆ ਉਹ ਪਿਛਲੇ ਦਿਨਾਂ ਤੋਂ ਮੁਕਾਬਲੇ ਸੁਧਰ ਗਈ ਪੰਜਾਬ 'ਚ ਇੱਕ ਮੈਸੇਜ ਕੀ ਦੇਣਾ ਚਾਹੁੰਦੇ ਜੀ ਬਿਲਕੁਲ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਅਵੇਅਰ ਹੋ ਗਏ ਨੇ ਲੋਕ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੁੰਡੇ ਅਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਜੇ ਆਪਾਂ ਬੇਟੀਆਂ ਨੂੰ ਵੀ ਪੜ੍ਹਾਉਂਦੇ ਹਾਂ ਅਸੀਂ ਉਹਨਾਂ ਨੂੰ ਐਜੂਕੇਟਡ ਕਰਦੇ ਹਾਂ ਤਾਂ ਉਹ ਵੀ ਬਹੁਤ ਉੱਚੇ ਉੱਚੇ ਪੋਸਟਾਂ 'ਤੇ ਜਾ ਕੇ ਆਪਣੇ ਪੇਰੈਂਟਸ ਦਾ ਨਾਮ ਉੱਚਾ ਕਰਦੀਆਂ ਨੇ ਅਤੇ ਅੱਜ ਦੇ ਯੁੱਗ ਦੇ ਵਿੱਚ ਜਦੋਂ ਮੁੰਡੇ ਦਾ ਵਿਆਹ ਹੋ ਜਾਂਦਾ ਹੈ ਅਤੇ ਉਹ ਇੰਨਾ ਨਹੀਂ ਪੁੱਛਦਾ ਪੇਰੈਂਟਸ ਨੂੰ ਜਿੰਨਾ ਬੱਚੀਆਂ ਪੁੱਛਦੀਆਂ ਨੇ ਆਪਣੇ ਸਹੁਰੇ ਘਰ ਬੈਠੀਆਂ ਵੀ ਜਿਹੜੀਆਂ ਕੁੜੀਆਂ ਨੇ ਆਪਣੇ ਪੇਰੈਂਟਸ ਨੂੰ ਪੁੱਛਦੀਆਂ ਨੇ ਦੁਆਵਾਂ ਕਰਦੀਆਂ ਉਹਨਾਂ ਵਾਸਤੇ ਆਖਰ ਦੇ ਟਾਈਮ 'ਤੇ ਧੀਆਂ ਕੰਮ ਆਉਂਦੀਆਂ ਨੇ ਲੋਕਾਂ ਨੂੰ ਬਹੁਤ ਪਤਾ ਲੱਗ ਚੁੱਕਿਆ ਹੁਣ ਧੀਆਂ ਨੂੰ ਭਾਰ ਨਹੀਂ ਸਮਝਿਆ ਜਾਂਦਾ ਧੀਆਂ ਵੀ ਆਪਣੇ ਮਾਂ ਬਾਪ ਦਾ ਰੋਸ਼ਨ ਕਰਦੀਆਂ ਨੇ ਨਾਮ ਔਰ ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਬੈਠੀਆਂ ਨੇ ਅੱਜ ਕੁੜੀਆਂ ਤੁਸੀਂ ਆਪ ਦੇਖ ਸਕਦੇ ਹੋ ਹਰ ਖੇਤਰ ਦੇ ਵਿੱਚ ਕੁੜੀਆਂ ਅੱਗੇ ਨੇ ਹਰ ਖੇਤਰ ਦੇ ਵਿੱਚ ਸੋ ਮੈਂ ਕਹਿੰਦੀ ਹਾਂ ਕਿ ਇਹ ਸਾਡੇ ਵਿਹੜਿਆਂ ਦੀਆਂ ਰੌਣਕਾਂ ਨੇ ਕੁੜੀਆਂ ਕੁੜੀਆਂ ਤੋਂ ਬਿਨਾਂ ਹਰ ਫੰਕਸ਼ਨ ਹਰ ਤਿਉਹਾਰ ਸੱਖਣਾ ਹੈ ਅਧੂਰਾ ਹੈ ਉਹਦੇ ਵਿੱਚ ਕੋਈ ਖੁਸ਼ਹਾਲੀ ਨਹੀਂ ਹੁੰਦੀ ਜਿੱਥੇ ਕੁੜੀ ਨਾ ਹੋਵੇ ਕੁੜੀਆਂ ਜਦੋਂ ਵਿਹੜਿਆਂ ਦੇ ਵਿੱਚ ਨੱਚਦੀਆਂ ਟੱਪਦੀਆਂ ਨੇ ਤਾਂ ਉਹ ਵਿਹੜਾ ਇੱਦਾਂ ਲੱਗਦਾ ਜਿਵੇਂ ਸਵਰਗ ਹੁੰਦਾ ਹੈ ਕੁੜੀਆਂ ਤੋਂ ਬਿਨਾਂ ਘਰ ਦੇ ਵਿੱਚ ਕੋਈ ਰੌਣਕ ਨਹੀਂ ਹੈਗੀ ਕੁੜੀਆਂ ਆਪਣੇ ਘਰ ਨੂੰ ਸੁਚੱਜੇ ਤਰੀਕੇ ਨਾਲ ਸੰਵਾਰਦੀਆਂ ਨੇ ਆਪਣੇ ਪਿਓ ਨੂੰ ਆਪਣੇ ਭਰਾਵਾਂ ਨੂੰ ਕਿੰਨੇ ਸੋਹਣੇ ਤਰੀਕੇ ਦੇ ਨਾਲ ਜੇ ਉਹ ਕੰਮ ਕਰਦੇ ਜਾਂਦੇ ਨੇ ਪੜ੍ਹਦੇ ਨੇ ਜੋ ਵੀ ਕਰਦੇ ਨੇ ਸਾਰਾ ਘਰ ਦਾ ਕੰਮ ਕਾਜ ਕੁੜੀਆਂ ਕਰਦੀਆਂ ਨੇ ਔਰ ਬਹੁਤ ਪੋਜ਼ਿਟਿਵ ਹੋ ਕੇ ਉਹਨਾਂ ਨੂੰ ਤੋਰਦੀਆਂ ਨੇ ਉਹਨਾਂ ਦੇ ਕੰਮਾਂ ਕਾਰਾਂ 'ਤੇ ਸੋ ਮੇਰੇ ਖਿਆਲ ਦੇ ਵਿੱਚ ਕੁੜੀਆਂ ਨਾ ਹੋਣ ਤਾਂ ਇਹ ਦੁਨੀਆ ਨਹੀਂ ਹੋ ਸਕਦੀ
ਕਿਉਂਕਿ ਆਦਿ ਸ਼ਕਤੀ ਹੈ ਜਿਹੜੀ ਆ ਔਰਤ ਦੇ ਵਿੱਚ ਸਮਾਈ ਹੋਈ ਆ। ਜਗ ਜਨਨੀ ਆ ਔਰਤ ਜਿਹੜੀ ਆ, ਔਰ ਜਗ ਜਨਨੀ ਹੈ ਜਿਹੜੀ ਜਗ ਨੂੰ ਬਣਾਉਣ ਵਾਲੀ ਆ, ਪੈਦਾ ਕਰਨ ਵਾਲੀ ਆ, ਉਹ ਔਰਤ ਆ। ਸੋ ਜੇ ਔਰਤ ਨਾ ਹੋਵੇ ਤਾਂ ਇਹ ਦੁਨੀਆ ਨਹੀਂ ਹੋ ਸਕਦੀ, ਇਹ ਜਹਾਨ ਨਹੀਂ ਹੋ ਸਕਦਾ। ਸੋ ਕੁੜੀਆਂ ਦੀ ਵੱਧ ਤੋਂ ਵੱਧ ਇੱਜ਼ਤ ਮਾਣ ਉਹਨਾਂ ਨੂੰ ਦੇਣਾ ਚਾਹੀਦਾ। ਸਮਾਜ ਦੇ ਵਿੱਚ ਕਾਫੀ ਸੁਧਾਰ ਆਇਆ ਵੀ ਆ ਅਤੇ ਹੌਲੀ ਹੌਲੀ ਆ ਜਾਏਗਾ। ਮੈਂ ਤਾਂ ਇਹ ਕਹਿੰਦੀ ਹੁੰਦੀ ਹਾਂ ਕਿ ਕੁੜੀਆਂ ਤਾਂ ਦੇਵੀਆਂ ਦਾ ਰੂਪ ਹੁੰਦੀਆਂ ਨੇ। ਸੋ ਮੈਂ ਵੀ ਇੱਕ ਔਰਤ ਹਾਂ, ਮੈਨੂੰ ਵੀ ਚੰਗਾ ਲੱਗਦਾ ਕਿਉਂਕਿ ਮੈਨੂੰ ਇਸ ਫੀਲਿੰਗ ਦਾ ਪਤਾ ਹੈ ਜੋ ਮੈਂ ਆਪਣੇ ਪੇਰੈਂਟਸ ਵਾਸਤੇ, ਆਪਣੇ ਭਰਾਵਾਂ ਵਾਸਤੇ, ਆਪਣੇ ਪਿਤਾ ਜੀ ਵਾਸਤੇ ਜਾਂ ਆਪਣੇ ਜਿੰਨੇ ਵੀ ਰਿਸ਼ਤੇਦਾਰ ਨੇ ਉਹਨਾਂ ਵਾਸਤੇ ਮੈਂ ਕਿੰਨੀਆਂ ਦੁਆਵਾਂ ਕਰਦੀ ਹਾਂ, ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਜਾ ਕੇ ਖੜ੍ਹਦੀ ਹਾਂ। ਸੋ ਸਾਰੀਆਂ ਕੁੜੀਆਂ ਦੀ ਫੀਲਿੰਗ ਨੂੰ ਮੈਂ ਸਮਝਦੀ ਹਾਂ, ਕੁੜੀਆਂ ਤੋਂ ਬਿਨਾਂ ਦੁਨੀਆ ਅਧੂਰੀ ਹੈ।